ਸਟਾਰ ਦੇ ਵਾਸਤੇ ਸਪੈਸ਼ਲ ਵੀਡੀਓ ਲੈ ਕੇ ਆ ਰਹੇ ਹੇਅਰ ਕੱਟ ਦੀ। ਇਹ ਪੁਰਾਣਾ ਸਟਾਈਲ ਸੀ, ਹੁਣ ਨਿਊ ਨਵਾਂ ਸਟਾਈਲ ਇਹ ਬਣਿਆ ਪ੍ਰੋਪਰ ਹੇਅਰ ਸਟਾਈਲ। ਅਤੇ ਅੱਗੋਂ ਵੀਡੀਓ ਸਟਾਰਟ। ਇਹ ਵੀ ਬੜਾ ਸਟਾਈਲ ਹੈ, ਇਹਦਾ ਵੀ ਨਵਾਂ ਸਟਾਈਲ ਦੇ ਹੀ ਹੈ ਜੀ। ਵਾਹ ਬਹੁਤ ਪਿਆਰੇ ਵੀਰੇ, ਆਪਾਂ ਚਾਹੁੰਦੇ ਹਾਂ ਕਿ ਹੋਰ ਵਧੀਆ ਆਉਣ ਇਹਦੇ ਬਾਅਦ। ਥੋੜ੍ਹਾ ਕੌਮਿਸ਼ ਹੈ, ਰਫ ਹੋ ਜਾਂਦੇ ਵਾਲ, ਵਾਲਾਂ ਥੋੜ੍ਹੀ ਸ਼ਾਈਨਿੰਗ ਮਿਲੇ। ਜ਼ਿਆਦਾ ਤੋਂ ਜ਼ਿਆਦਾ ਵੀਡੀਓ ਦੇਖੋ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਨੈਕਸਟ ਵੀਡੀਓ ਸਟਾਰਟ ਕਰੀ। ਇਹ ਜਗ੍ਹਾ 3 ਨੰਬਰ ਲਾ ਦੇ ਵਿਚਕਾਰ। ਅਸੀਂ ਹੇਅਰ ਕੱਟ ਦੀ ਜਾਂਚ ਕਰ ਰਹੇ ਹਾਂ। ਇੱਥੇ ਅਸੀਂ 3 ਨੰਬਰ ਲਗਾਇਆ, ਹੁਣ ਅਸੀਂ ਮਿਕਸਿੰਗ ਕਰਨੀ ਪ੍ਰੋਪਰ। ਇਸ ਜਗ੍ਹਾ ਦੇ ਆਪਾਂ 3 ਨੰਬਰ ਲਗਾਇਆ। ਲਓ ਜੀ, ਅਸੀਂ ਹੁਣ 2 ਨੰਬਰ ਲਗਾ ਰਹੇ ਹਾਂ। ਪਹਿਲਾਂ ਅਸੀਂ 3 ਨੰਬਰ ਲਾਇਆ ਸੀ, ਹੁਣ ਅਸੀਂ 2 ਨੰਬਰ ਲਗਾ ਰਹੇ ਹਾਂ। ਡੀਪ ਥੱਲੇ ਕੱਟ ਜਿਹੜਾ ਇਹ 2 ਨੰਬਰ ਲਗਾ ਰਹੇ ਹਾਂ, ਸੈਟਿੰਗ ਦੇ ਰਹੇ ਹਾਂ 2 ਨੰਬਰ ਦੀ। ਇਸ ਜਗ੍ਹਾ 'ਤੇ ਆਪਾਂ 2 ਨੰਬਰ ਲਗਾ ਰਹੇ ਹਾਂ ਪ੍ਰੋਪਰ। ਇਸ ਜਗ੍ਹਾ 'ਤੇ ਆਪਾਂ 2 ਨੰਬਰ ਲਗਾਇਆ, ਇਸ ਜਗ੍ਹਾ 'ਤੇ 3 ਨੰਬਰ ਲਗਾ ਰਹੇ ਹਾਂ। ਦੋ ਤੋਂ ਕਰਕੇ ਅੱਧਾ ਨੰਬਰ ਵਧਾ ਲੈਂਦੇ ਹਾਂ। ਅਸੀਂ ਇੱਥੋਂ ਆਹ 2 ਨੰਬਰ ਲਗਾਇਆ ਸੀ, ਹੁਣ ਅਸੀਂ ਇੱਥੋਂ ਹਾਫ ਨੰਬਰ ਵਧਾਉਣਾ ਹੈ, ਅਤੇ ਅਸੀਂ ਇਸ ਜਗ੍ਹਾ ਦੀ ਮਿਕਸਿੰਗ ਕਰਨੀ ਹੈ। ਇਸ ਜਗ੍ਹਾ ਦੀ ਕੈਮਰੇ ਦਾ ਪੜ੍ਹਨਾ ਪੈਣਾ ਹੈ। ਅਸੀਂ ਇਹਨਾਂ ਨੂੰ ਹੁਣ ਥੋੜ੍ਹਾ ਮਿਕਸਿੰਗ ਕਰਨਾ, ਇਹਨਾਂ ਨੂੰ ਨਾ ਇਹ ਮਸ਼ੀਨ ਨਾਲ ਫੋਮ ਦੇ ਉੱਤੇ ਰੱਖ ਕੇ ਅਸੀਂ ਮਿਕਸਿੰਗ ਕਰਨੀ ਹੈ। ਇਸ ਤਰੀਕੇ ਨਾਲ ਅਸੀਂ ਮਿਕਸਿੰਗ ਕਰ ਰਹੇ ਹਾਂ। ਇਸੇ ਤਰੀਕੇ ਨਾਲ ਅਸੀਂ ਮਿਕਸਿੰਗ ਕਰੀ ਜਾਣੀ ਹੈ ਇਸ ਜਗ੍ਹਾ ਸਾਰੀ ਸਲੋ ਸਲੋ। ਇਹ 'ਚ ਕਾਲੀ ਕੋਈ ਨਹੀਂ ਕਰਨੀ। ਇਸ ਤਰੀਕੇ ਨਾਲ ਅਸੀਂ ਜਿੱਦਾਂ ਮਿਕਸ ਕੀਤੀ ਆ, ਉਸ ਤਰੀਕੇ ਨਾਲ ਅਸੀਂ ਦੂਸਰੀ ਸਾਈਡ ਵੀ ਕਰ ਲਈ। ਅਸੀਂ ਥੋੜ੍ਹੀ ਗੁਲਾਈ ਬਣਾਵਾਂਗੇ, ਸ਼ੇਪ ਦੇਵਾਂਗੇ, ਮਸ਼ੀਨ ਦਾ ਸ਼ੇਪ ਬਣਾ ਲਵਾਂ।
ਸੀ ਇਸ ਵਿੱਚ ਘਰ ਜਾ ਕੇ ਤਿੰਨ ਨੰਬਰ ਲਗਾਉਣਾ ਹੈ ਦੇਖੋ ਤਿੰਨ ਨੰਬਰ ਇਸ ਜਗ੍ਹਾ ਤੇ ਇਸ ਜਗ੍ਹਾ ਤਿੰਨ ਨੰਬਰ ਲਗਾ ਰਹੇ ਹਾਂ ਜਿਹੜੇ ਬੱਚੇ ਜਲਦੀ ਦਾ ਜਾ ਸਿਖਾ ਜਾਂਦੇ ਹੇਅਰ ਕੱਟ ਦੀ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਤਿੰਨ ਨੰਬਰ ਹੈ ਤਿੰਨ ਨੰਬਰ ਅਸੀਂ ਇਸ ਤਰੀਕੇ ਨਾਲ ਲਗਾ ਰਹੇ ਹਾਂ ਇਸ ਤੋਂ ਬਾਅਦ ਅਸੀਂ ਇੱਥੇ ਦੋ ਨੰਬਰ ਲਗਾ ਰਹੇ ਹਾਂ ਨੰਬਰ ਲਗਾ ਲਓ ਜੀ ਇਸ ਜਗ੍ਹਾ ਇੱਥੋਂ ਅਸੀਂ ਹਾਫ ਨੰਬਰ ਵਧਾਉਣਾ ਹੈ ਇਸ ਤਰੀਕੇ ਨਾਲ ਅਤੇ ਹੁਣ ਢਾਈ ਨੰਬਰ ਲਗਾ ਲਓ ਇਸ ਜਗ੍ਹਾ ਮਿਕਸਿੰਗ ਕਰਨੀ ਹੈ ਅਸੀਂ ਇੱਥੇ ਡੇਢ ਨੰਬਰ ਢਾਈ ਨੰਬਰ ਲਗਾ ਰਹੇ ਹਾਂ ਢਾਈ ਨੰਬਰ ਕੰਪਲੀਟ ਹੋ ਚੁੱਕਾ ਅਸੀਂ ਆਹ ਮਸ਼ੀਨ ਦੇ ਨਾਲ ਫੋਮ ਦੇ ਨਾਲ ਅਸੀਂ ਇਸ ਜਗ੍ਹਾ ਦੀ ਵਾਲਾਂ ਦੀ ਮਿਕਸਿੰਗ ਕਰ ਲਓ ਇਸ ਤਰੀਕੇ ਨਾਲ ਅਸੀਂ ਮਿਕਸਿੰਗ ਕਰ ਲਓ ਇਸ ਤਰੀਕੇ ਨਾਲ ਅਸੀਂ ਮਿਕਸਿੰਗ ਕਰ ਲਈ ਨਾਲੇ ਸੁਪਰ ਵਾਲੇ ਬਹੁਤ ਕੱਟਣੇ ਜਿਸ ਕਰਕੇ ਅਸੀਂ ਮਿਕਸਿੰਗ ਕਰਨੀ ਮਸ਼ੀਨ ਸਟੈਪ ਨਜ਼ਰ ਨਾ ਆਏ ਠੀਕ ਹੈ ਅਸੀਂ ਆਹ ਮਿਕਸ ਕਰ ਲਏ ਹੁਣ ਅਸੀਂ ਸ਼ੇਪ ਬਣਾ ਰਹੇ ਹਾਂ ਇੰਚੀ ਦੇ ਬਣ ਗਏ ਸ਼ੇਪ ਬਣਾਤੀ ਹੁਣ ਅਸੀਂ ਬੈਕ ਤੋਂ ਬੈਕ ਕੱਟ ਲਈਏ ਪਿੱਛੋਂ ਉਹਦੇ ਤੋਂ ਕੱਟਣਾ ਤਿੰਨ ਨੰਬਰ ਲੈ ਲੱਗੇ ਹਾਂ ਤਿੰਨ ਨੰਬਰ ਇਸ ਜਗ੍ਹਾ ਲਗਾ ਲਈਏ ਤਿੰਨ ਨੰਬਰ ਦੀ ਅਸੀਂ ਮਿਕਸਿੰਗ ਕਰ ਰਹੇ ਹਾਂ ਚਲੋ ਉੱਪਰ ਨਹੀਂ ਜਾਣਾ ਅਸੀਂ ਤਿੰਨ ਨੰਬਰ ਲਗਾ ਲਿਆ ਅਸੀਂ ਹੁਣ ਦੋ ਨੰਬਰ ਲਗਾਵਾਂਗੇ ਤਾਂ ਦੋ ਨੰਬਰ ਲਗਾਵਾਂਗੇ ਅਸੀਂ ਇੱਥੇ ਹਲੇ ਦੋ ਨੰਬਰ ਲਗਾਉਣਾ ਅਸੀਂ ਇੱਥੋਂ ਹਾਫ ਨੰਬਰ ਵਧਾਵਾਂਗੇ ਢਾਈ ਨੰਬਰ ਰੱਖਾਂਗੇ ਇਹਨਾਂ ਨੂੰ ਮਿਕਸਿੰਗ ਕਰਨ ਵਾਸਤੇ ਅਸੀਂ ਮਿਕਸਿੰਗ ਕਰ ਲਈਏ ਹੁਣ ਅਸੀਂ ਦੂਜੀ ਮਸ਼ੀਨ ਲਵਾਂਗੇ ਨੈਕਸਟ ਮਸ਼ੀਨ ਅਸੀਂ ਹੁਣ ਇਹਦੇ ਨਾਲ ਮਿਕਸਿੰਗ ਕਰਾਂਗੇ ਆਪ ਬਾਅਦ ਇਸ ਮਸ਼ੀਨ ਨੂੰ ਮਿਕਸ ਕਰ ਲਏ ਚੌਸ ਕਰ ਲਈਏ ਡੱਬੀ ਬਣਾ ਲਏ ਥੋੜ੍ਹੀ ਚਿੰਨ ਰੱਖਣੀ ਨੀਵੀਂ ਰੱਖਣੀ ਨੋਰਮਲ ਰੱਖਣੀ ਅਤੇ ਫੇਸ ਨੂੰ ਤੱਕ ਰੱਖਣੀ ਹਮੇਸ਼ਾ ਚੀਜ਼ ਗਰਦਨ ਦੇ ਹਿਸਾਬ ਨਾਲ ਫੇਸ ਦੇ ਹਿਸਾਬ ਨਾਲ ਹਾਈਟ ਦੇ ਹਿਸਾਬ ਨਾਲ ਮਤਲਬ ਜੀ
ਮੁੰਡੇ ਦੀ 6 ਫੁੱਟ ਦੀ ਹਾਈਟ ਆ ਸਰੀਰ ਨਾਲ ਉਹ ਬਲੇਡ ਅਸੀਂ ਲਗਾ ਰਹੇ ਹਾਂ ਕਰਨ ਤੇ ਅਸੀਂ ਇਹ ਪਲੇਟ ਫੜ ਕੇ ਇਸ ਤਰ੍ਹਾਂ ਲਗਾਉਣਾ ਇਸ ਜਗ੍ਹਾ ਸਫਾਈ ਦੇਣੀ ਲਗਾਉਣਾ ਗੱਲ ਨਹੀਂ ਲਗਾਉਣਾ ਨਾ ਹੀ ਖਾਲੀ ਕਰਨੀ ਠੀਕ ਹੈ ਅਸੀਂ ਇੱਥੇ ਬਲੇਡ ਲਗਾ ਲਿਆ ਇੱਥੇ ਬਲੇਡ ਲਗਾ ਲਿਆ ਹੁਣ ਅਸੀਂ ਬੈਕ ਲਗਾਉਣਾ ਇੱਥੇ ਲਗਾਉਣਾ ਇੱਥੇ ਲਗਾ ਲਿਆ ਹੁਣ ਅਸੀਂ ਇੱਥੇ ਲਗਾਵਾਂਗੇ ਹੁਣ ਅਸੀਂ ਇਸ ਤਰੀਕੇ ਇੱਥੇ ਭੇਡ ਲਗਾਵਾਂਗੇ ਇਹਦੇ ਵੀ ਛੇਦ ਪਵਾਂਗੇ ਕਈਆਂ ਦੇ ਵਾਲਾਂ ਦੀ ਗਰੋਥ ਬਹੁਤ ਜ਼ਿਆਦਾ ਹੁੰਦੀ ਹੈ ਕਈਆਂ ਦੀ ਬਹੁਤ ਘੱਟ ਹੁੰਦੀ ਹੈ ਇਹਦੇ ਨਾਲ ਹੀ ਥੋੜ੍ਹਾ ਜਿਹਾ ਕਈਆਂ ਨੂੰ ਲੱਗਦਾ ਹੈ ਕਿ ਕਟਿੰਗ ਕਰਾ ਕੇ ਆਏ ਹਾਂ ਮੈਨੂੰ ਮਨ ਨੂੰ ਫੀਲਿੰਗ ਨਹੀਂ ਆਉਂਦੀ ਕਿ ਹੇਅਰ ਕੱਟ ਕਰਾ ਕੇ ਆਏ ਪ੍ਰੋਪਰ ਆਪਾਂ ਇੱਥੇ ਬਲੇਡ ਲਗਾ ਲਿਆ ਕਰੀਬਨ ਥੋੜ੍ਹੇ ਥੋੜ੍ਹੇ ਅਸੀਂ ਉੱਪਰੋਂ ਹਲਕੀ ਜਿਹੀ ਟ੍ਰਿਮਿੰਗ ਕਰਾਂਗੇ ਇਸ ਜਗ੍ਹਾ ਦੇ ਉੱਪਰ ਹਲਕੀ ਜਿਹੀ ਟ੍ਰਿਮਿੰਗ ਕਰਾਂਗੇ ਇੰਨੇ ਕੱਟਾਂਗੇ ਵਾਲਾ ਸਫਾਈ ਆ ਜਾਏਗੀ ਅਸੀਂ ਇੱਦਾਂ ਹੀ ਵਾਲ ਸਟੈਪ ਬਾਏ ਸਟੈਪ ਚੱਲਣਾ ਕਰ ਲੈਣੀ ਪਹਿਲਾਂ ਪ੍ਰੋਪਰ ਬਸ ਅਸੀਂ ਆਹ ਵਾਲ ਇੱਧਰ ਕਰ ਲੈਣੇ ਅਤੇ ਇੱਧਰੋਂ ਵੀ ਇੱਧਰ ਕਰ ਲੈਣੇ ਵਿੱਚ ਕਰ ਲਿਓ ਵਾਲ ਥੋੜ੍ਹੇ ਅਸੀਂ ਅਸੀਂ ਇੰਨੀ ਇੰਨੀ ਜਗ੍ਹਾ ਨੂੰ ਉੱਥੇ ਟ੍ਰਿਮ ਕਰ ਰਹੇ ਅਸੀਂ ਜਿਹੜੇ ਆਹ ਵਾਲੇ ਕੱਟੇ ਆ ਇਹਨਾਂ ਨਾਲ ਇਹ ਮਿਕਸਿੰਗ ਕਰਨੀ ਸਟੈਪ ਬਾਏ ਸਟੈਪ ਚੱਲਣਾ ਅਸੀਂ ਅਸੀਂ ਫਿਰ ਚੈੱਕ ਕਰ ਲੈਣਾ ਜਦੋਂ ਛੋਟੇ ਮੋਟੇ ਵਾਲ ਨਹੀਂ ਗਏ ਮੈਨੂੰ ਵਧਾ ਲੱਗੇ ਨਾ ਟਾਈਮ ਲਾਇਆ ਮੈਂ ਕੱਟ ਲੱਗੇ ਆਪਾਂ ਟਾਈਮ ਨਾਲ ਲਾਈਏ ਉੱਪਰ ਵਾਲੇ ਤੇ ਵੱਜ ਜਾਂਦੇ ਛੇਤੀ ਸਾਈਡ ਵਾਲੇ ਗਰੋਥ ਹੋ ਜਾਂਦੀ ਆ ਪਰ ਕੁਛ ਪਰਸੈਂਟ ਹੁੰਦੀ ਪਰ ਇਹ ਤਾਂ ਵਾਲਾਂ ਦੀ ਨਾ ਹੁੰਦੀ ਤੇਰੇ ਵਾਲ ਵਧੀਆ ਆ ਜਾਂਦੇ ਤਾਂ ਲੱਗਦਾ ਆਪਣੇ ਆਪ ਨੂੰ ਅਸੀਂ ਇਸੇ ਤਰੀਕੇ ਨਾਲ ਇੱਧਰ ਵੀ ਚੱਲਣਾ
ਅਸੀਂ ਵਾਲੇ ਮਿਕਸਿੰਗ ਕਰਨੀ ਉਸ ਤਰੀਕੇ ਨਾਲ ਲੈ ਕੇ ਫੋਮ ਫੋਮ ਅਤੇ ਸੀਜ਼ਰ ਨੂੰ ਨਾਲ ਅਸੀਂ ਇਸ ਤਰੀਕੇ ਨਾਲ ਆਪਾਂ ਸਾਰੇ ਪਾਸੇ ਮਿਕਸਿੰਗ ਕਰਨੀ ਹੈ ਕਿੱਦਾਂ ਚੱਕ ਲਓ ਇਸ ਥੋੜ੍ਹਾ ਮਿਕਸ ਕਰ ਲਿਓ ਬਸ ਇਸ ਤਰੀਕੇ ਨਾਲ ਸਾਰੇ ਪਾਸੇ ਕਰਨੀ ਕਰਕੇ ਕਰਕੇ ਮਿਕਸਿੰਗ ਕਰਾਂਗੇ ਆਹ ਮਿਲਾਉਣੀ ਹੈ ਇਸ ਜਗ੍ਹਾ ਤੋਂ ਅਸੀਂ ਮਿਲਾਉਣੀ ਹੈ ਠੀਕ ਆ ਫੋਮ ਲੈ ਕੇ ਅਤੇ ਜਦੋਂ ਹਲਕੀ ਹਲਕੀ ਸਮਿਟਰੀ ਦੇਣੀ ਆਪਾਂ ਜਿਹੜੇ ਬੱਚੇ ਨਵੇਂ ਨਵੇਂ ਵੀਡੀਓ ਦੇਖ ਰਹੇ ਆ ਉਹ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਵੀਡੀਓ ਦੇਖਣ ਅਤੇ ਅਸੀਂ ਹੋਰ ਵਧੀਆ ਤਰੀਕੇ ਨਾਲ ਸਿਖਾ ਸਕੀਏ ਬਸ ਅਸੀਂ ਅੱਜ ਜਗ੍ਹਾ ਦਾ ਮਿਕਸਿੰਗ ਹੋ ਗਈ ਪ੍ਰੋਪਰ ਠੀਕ ਹੈ ਅਸੀਂ ਅੱਜ ਦੇ ਨਾਲ ਹੁਣ ਅਸੀਂ ਸ਼ਾਰਪਨੈਸ ਦੇਣੀ ਹੈ ਫਲਾਂ ਦੀ ਇਸ ਤਰੀਕੇ ਨਾਲ ਬੜੀ ਸ਼ਾਰਪਨੈਸ ਦੇ ਲਓਗੀ ਡੈਡ ਵਾਲ ਹੈ ਡਰਾਈ ਵਾਲ ਹੈ ਦੋ ਮਹੀਂ ਵਾਲ ਹੈ ਅਸੀਂ ਉਹਨਾਂ ਨੂੰ ਲਾ ਰਹੇ ਹਾਂ ਹੁਣ ਇਹਦੇ ਵਾਲ ਵਧੀਆ ਤੋਂ ਵਧੀਆ ਹੋਣ ਬੰਦੇ ਕੋਲ ਲੈ ਜਾਂਦਾ ਰਾਤ ਨਹੀਂ ਹੈਗੀ ਨਾ ਇਸ ਤਰੀਕੇ ਨਾਲ ਅਸੀਂ ਸਾਰੇ ਵਾਲਾਂ ਨੂੰ ਦੋ ਮਹੀਂ ਵਾਲਾਂ ਨੂੰ ਲਾ ਦਿੰਦਾ ਚੰਗੀ ਤਰ੍ਹਾਂ ਇਹ ਵੀਡੀਓ ਦੇਖੋ ਸਹੀ ਤਰੀਕੇ ਨਾਲ ਜੇ ਤੁਹਾਨੂੰ ਇਹ ਬਰੀਕੀ ਇਹਦੀ ਛੋਟੀ ਛੋਟੀ ਚੀਜ਼ਾਂ ਦਾ ਪਤਾ ਲੱਗਣਾ ਸਟਾਰਟ ਹੋਵੇ ਹੇਅਰ ਕੱਟ ਕੰਪਲੀਟ ਹੋ ਚੁੱਕਾ ਹੈ ਤੁਸੀਂ ਦੇਖੋ ਹੇਅਰ ਕੱਟ ਪ੍ਰੋਪਰ ਸੈਟਿੰਗ ਹੋ ਗਈ ਦੀ ਹੈ ਇਹ ਸਮਾਰਟ ਮੁੰਡਾ ਮੁੰਡੇ ਦੇ ਵਾਲ ਵੱਲੋਂ ਕੋਈ ਕੰਮ ਪੇਸ਼ੀ ਨਹੀਂ ਰਹਿਣੀ ਚਾਹੀਦੀ ਠੀਕ ਹੈ ਜੀ ਲਾਈਕ ਸਬਸਕ੍ਰਾਈਬ ਔਰ ਕਮੈਂਟ ਕਰੇ ਜ਼ਰੂਰ ਸ਼ੇਅਰ ਵੀ ਨਾ ਕਰੇ ਸ਼ੇਅਰ ਵੀ ਕਰੇ ਠੀਕ ਹੈ ਜੀ